ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਜੋ ਟ੍ਰੇਨੀ ਡਾਕਟਰ ਦੇ ਨਾਲ ਵਾਪਰਿਆ ਉਸ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੁਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ 20 ਦਿਨ ਬਾਅਦ ਬੁੱਧਵਾਰ ਜਾਣੇ ਕਿ ਅੱਜ ਦ੍ਰੋਪਦੀ ਮੁਰਮੁਰ ਦਾ ਪਹਿਲਾ ਬਿਆਨ ਸਾਹਮਣੇ ਆਇਆ ਜਿੱਤੇ ਨਿਊਜ਼ ਏਜੰਸੀ ਪੀਟੀਆਈ ਦੇ ਨਾਲ ਇੰਟਰਵਿਊ ਵਿੱਚ ਰਾਸ਼ਟਰਪਤੀ ਦਾ ਕਹਿਣਾ ਕਿ ਮੈਂ ਇਸ ਘਟਨਾ ਤੋਂ ਕਾਫੀ ਨਿਰਾਸ਼ ਹਾਂ ਤੇ ਕਾਫੀ ਡਰੀ ਹੋਈ ਹਾਂ ਹੁਣ ਬਹੁਤ ਹੋ ਗਿਆ ਕੋਈ ਵੀ ਸੱਭਿਅਕ ਸਮਾਜ ਆਪਣੀਆਂ ਪੈਣਾ ਤੇ ਅਜਿਹੇ ਅਤਿਆਚਾਰ ਦੀ ਇਜਾਜ਼ਤ ਨਹੀਂ ਦੇ ਸਕਦਾ ਜਦੋਂ ਕੋਲਕਾਤਾ ਦੇ ਵਿੱਚ ਵਿਦਿਆਰਥੀ ਡਾਕਟਰ ਅਤੇ ਨਾਗਰਿਕ ਵਿਰੋਧ ਕਰ ਰਹੇ ਸੀ ਤਾਂ ਅਪਰਾਧੀ ਉਸ ਸਮੇਂ ਕਾਫੀ ਸਰਗਰਮ ਸੀ ਉਸ ਵੇਲੇ ਪੁਲਿਸ ਨੇ ਵੀ ਕੁਝ ਨਹੀਂ ਕਰਿਆ ਕੋਲਕਾਤਾ ਦੇ ਆਰਜੀਗਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ 8 ਨਵੰਬਰ ਅਗਸਤ ਦੀ ਰਾਤ ਨੂੰ ਇੱਕ 31 ਸਾਲ ਦੀ ਤ्रेनੀ ਡਾਕਟਰ ਦਾ ਬਲਦਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ 10 ਅਗਸਤ ਨੂੰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਸੰਜੇ ਰਾਓ ਨਾਮ ਦੇ ਇੱਕ ਸਿਵਿਕ ਵੋਲੰਟਰੀਅਰ ਨੂੰ ਗ੍ਰਿਫਤਾਰ ਕਰ ਲਿਆ ਰਾਸ਼ਟਰਪਤੀ ਨੇ ਕਿਹਾ ਕਿ ਕਿਨੌਣੀ ਮਾਨਸਿਕਤਾ ਵਾਲੇ ਔਰਤਾਂ ਨੂੰ ਕਮਜ਼ੋਰ ਸਮਝਦੇ ਹਨ ਸਮਾਜ ਨੂੰ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਆਤਮ ਚਿੰਤਨ ਕਰਨ ਦੀ ਲੋੜ ਹੈ ਲੋਕਾਂ ਨੂੰ ਆਪਣੇ ਆਪ ਤੋਂ ਕੁਝ ਓਕੇ ਸਵਾਲ ਪੁੱਛਨੇ ਪੈਣਗੇ ਅਕਸਰ ਕਿ ਨੌਣੀ ਮਾਨਸਿਕਤਾ ਵਾਲੇ ਲੋਕ ਔਰਤਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਨੇ ਉਹ ਔਰਤਾਂ ਨੂੰ ਘੱਟ ਤਾਕਤਵਰ ਘੱਟ ਕਾਬਲ ਅਤੇ ਘੱਟ ਬੁੱਧੀਮਾਨ ਸਮਝਦੇ ਨੇ ਦੁੱਪ ਦੀ ਮੁਰਮੁਰ ਦਾ ਕਹਿਣਾ ਹੈ ਕਿ ਨਿਰਬਿਆ ਕਾਂਢ ਦੇ 12 ਸਾਲਾਂ ਬਾਅਦ ਸਮਾਜ ਬਲਦਕਾਰ ਦੀਆਂ ਅਣਗਿਣਤ ਘਟਨਾਵਾਂ ਨੂੰ ਭੁੱਲ ਗਿਆ ਹੈ ਇਹ ਸਮੂਹਿਕ ਅਦ ਆਦਤ ਕਿਨੌਣੀ ਹੈ ਸਮਾਜ ਦੇ ਵਿੱਚ ਭੁੱਲਣ ਦੀ ਇਹ ਸਮੂਹਿਕ ਆਦਤ ਕਿਨੌਣੀ ਹੈ ਇਤਿਹਾਸ ਦਾ ਸਾਹਮਣਾ ਕਰਨ ਤੋਂ ਡਰਦਾ ਸਮਾਜ ਇਸ ਚੀਜ਼ਾਂ ਨੂੰ ਬੜੀ ਹੀ ਜਲਦੀ ਭੁੱਲ ਜਾਂਦਾ ਹੈ ਇਸ ਦਿਨ ਆਈ ਰਾਸ਼ਟਰਪਤੀ ਦਾ ਕਹਿਣਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੇ ਇਤਿਹਾਸ ਦਾ ਪੂਰੀ ਤਰ੍ਹਾਂ ਸਾਹਮਣਾ ਕਰੇ ਅਤੇ ਇੱਕ ਜੁਟ ਹੋ ਕੇ ਜਿਹੜੀਆਂ ਇਹ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਨੇ ਉਸ ਦਾ ਮੁਕਾਬਲਾ ਕਰੇ ਤਾਂ ਜੋ ਜਿਹੜੀ ਆ ਮੁਸੀਬਤਾਂ ਸਾਹਮਣੇ ਆ ਰਹੀਆਂ ਨੇ ਜੋ ਸ਼ੁਰੂ ਹੋ ਰਹੀਆਂ ਨੇ ਉਸ ਦਾ ਜਲਦ ਹੀ ਜਿਹੜਾ ਅੰਤ ਕਰ ਦਿੱਤਾ ਜਾਵੇ ਤੇ ਕੋਲਕਾਤਾ ਦੇ ਵਿੱਚ ਜੋ ਮੈਡੀਕਲ ਕਾਲਜ ਦੇ ਵਿੱਚ ਬੇਰੀ ਡਾਕਟਰ ਦੇ ਨਾਲ ਵਾਪਰਿਆ ਉਸ ਨੇ ਨਾ ਕੇਵਲ ਕੋਲਕਾਤਾ ਦੇ ਵਿੱਚ ਬਲਕਿ ਪੂਰੇ ਦੇਸ਼ ਨੂੰ ਝੰਡਾ ੜ ਕੇ ਰੱਖ ਦਿੱਤਾ ਦੇਸ਼ ਦੇ ਅਲੱਗ-ਅਲੱਗ ਥਾਵਾਂ ਤੇ ਲਗਾਤਾਰ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਡਾਕਟਰਾਂ ਨੇ ਆਪਣੀ ਮੈਡੀਕਲ ਸੁਵਿਧਾਵਾਂ ਬੰਦ ਕਰ ਦਿੱਤੀਆਂ ਆਪੀ ਡੀਜ਼ ਬੰਦ ਕਰ ਦਿੱਤੀਆਂ ਜਿਸ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਆਪਣੀ ਸੁਣਵਾਈ ਸੁਣਾਈ ਹਾਲਾਂਕਿ ਮੈਡੀਕਲ ਕਾਲਜ ਨੂੰ ਸੁਰੱਖਿਆ ਤਾਂ ਮਿਲ ਗਈ ਪਰ ਇਸ ਨੂੰ ਲੈ ਕੇ ਜਿਹੜਾ ਛਾਤਰਾਂ ਦੇ ਵਿੱਚ ਕਾਫੀ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਉਦਰੀ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਜਿਹੜਾ ਮਾਮਲਾ ਸੀ ਇਹ ਸੀਬੀਆ ਨੂੰ ਦੇ ਦਿੱਤਾ ਇਸ ਦੇ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਮਮਤਾ ਬੈਨਰਜੀ ਨੂੰ ਵੀ ਆਪਣੀ ਜਿਹੜੀ ਕੋਲਕਾਤਾ ਦੀ ਪੁਲਿਸ ਹੈ ਉਸ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ ਕਿਉਂਕਿ ਉਹਨਾਂ ਨੇ આરોપી ਦਾ ਸਾਥ ਦਿੱਤਾ ਪਹਿਲਾਂ ਤਾਂ ਫਿਰ ਨਹੀਂ ਡਾਕਟਰ ਦੇ ਘਰਦਿਆਂ ਨੂੰ ਕਿਹਾ ਕਿ ਉਸ ਦੀ ਤਬੀਤ ਖਰਾਬ ਹੋ ਗਈ ਆ ਬਸ ਤੋਂ ਥੋੜੀ ਦਿਰ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਇਸ ਨੇ ਸੁਸਾਈਡ ਕਰ ਦਿੱਤੀ ਪਰ ਜਦੋਂ ਉਸ ਮਹਿਲਾ ਡਾਕਟਰ ਦੀ ਹਾਲਾਤ ਦੇਖੇ ਗਏ ਤਾਂ ਪਹਿਲਾਂ ਦੱਸਿਆ ਗਿਆ ਕਿ ਅਚਨਚੇਤ ਹਾਲਾਤ ਦੇ ਵਿੱਚ ਐ ਸਪਸ਼ਟ ਹੋ ਗਿਆ ਸੀ ਕਿ ਉਹ ਉਸ ਸਮੇਂ ਜ਼ਿੰਦਾ ਸੀ ਜੇਕਰ ਡਾਕਟਰਸ ਜਾਂ ਹੋਰ ਜਿਹੜੇ ਉੱਥੇ ਮੈਡੀਕਲ ਸਟੂਡੈਂਟਸ ਸੀ ਜੇਕਰ ਸਭ ਮਿਲ ਕੇ ਉਸ ਨੂੰ ਉਸ ਦਾ ਇਲਾਜ ਕਰਦੇ ਤਾਂ ਕਿਤੇ ਨਾ ਕਿਤੇ ਉਹ ਬਚ ਸਕਦੀ ਸੀ ਪਰ ਪੁਲਿਸ ਦੀ ਇਸ ਇੰਗੇਲੀ ਕਰਕੇ ਔਰ ਸਰ ਟ੍ਰੇਨੀ ਡਾਕਟਰ ਦੀ ਬਹੁਤ ਹੋ ਗਈ ਹਾਲਾਂਕਿ ਪਹਿਲਾਂ ਤਾਂ ਛੂਟ ਬੋਲਿਆ ਗਿਆ ਕਿ ਉਹ ਬਿਮਾਰ ਹੈ ਬਾਅਦ ਚ ਕਿਹਾ ਗਿਆ ਕਿ ਉਹ ਸੁਸਾਇਡ ਕਰ ਦਿੱਤੀ ਗਈ ਪਰ ਜੋ ਦੇ ਹਾਲਾਤ ਸੀ ਜਦੋਂ ਦੀ ਹਾਲਤ ਦੇਖੀ ਗਈ ਤਾਂ ਉਸ ਤੋਂ ਸਪਸ਼ਟ ਹੋ ਜਾਂਦਾ ਕਿ ਉਸ ਨੂੰ ਕਿਸ ਮਾਨਸਿਕਤਾ ਦੇ ਇਨਸਾਨ ਨੇ ਰੇਪ ਕੀਤਾ ਹੋਵੇਗਾ ਕਿਸ ਮਾਨਸਿਕਤਾ ਵਾਲੇ ਇਨਸਾਨ ਨੇ ਉਸ ਨੂੰ ਮੌਤ ਦੇ ਘਾਟ ਤਾਰ ਦਿੱਤਾ ਜਿਸ ਤੇ ਲਗਾਤਾਰ ਜਿਹੜਾ ਆਰਜੀਗਰ ਮੈਡੀਕਲ ਕਾਲਜ ਹੈ ਉਸ ਦੇ ਪ੍ਰਿੰਸੀਪਲ ਨੂੰ ਉਸ ਇਸ ਜਗ੍ਹਾ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਉਸ ਨੂੰ ਹੋਰ ਕਿਸੇ ਕਾਲਜ ਦੇ ਵਿੱਚ ਪ੍ਰਿੰਸੀਪਲ ਲਗਾ ਦਿੱਤਾ ਗਿਆ ਦੱਸ ਦਈਏ ਕਿ ਜਿਹੜਾ ਪ੍ਰਿੰਸੀਪਲ ਸੀ ਸੰਦੀਪ ਗੋਸ਼ ਇਸ ਦੇ ਉੱਤੇ ਵੀ ਭ੍ਰਸ਼ਟਾਚਾਰ ਦੇ ਗੰਭੀਰ aarop ਸੀ ਪਰ ਉਸ ਨੂੰ ਸਸਪੈਂਡ ਨਹੀਂ ਕੀਤਾ ਗਿਆ ਉਸ ਦੀ ਜਗ੍ਹਾ ਜਿਹੜੀ ਹੈ ਉਹ ਬਦਲ ਦਿੱਤੀ ਗਈ ਆਰਜਿਕਲ ਮੈਡੀਕਲ ਕਾਲਜ ਦੀ ਤਾਂ ਤੇ ਉਸ ਨੂੰ ਕਿਸੇ ਹੋਰ ਕਾਲਜ ਦਾ ਪ੍ਰਿੰਸੀਪਲ ਲਗਾ ਦਿੱਤਾ ਪਰ ਇਹ ਕਦੋਂ ਤੱਕ ਹੋਏਗਾ ਨਿਰਬਿਆ ਕਾਂਡ 12 ਸਾਲ ਦੀ ਬੱਚੀ ਦਾ ਰੇਪ ਕਰ ਦੇਣਾ 80 ਸਾਲ ਦੀ ਔਰਤ ਦਾ ਰੇਪ ਕਰ ਦੇਣਾ ਲਗਾਤਾਰ ਦੇਸ਼ ਦੇ ਵਿੱਚ ਜਿਹੜੀ ਰੇਪ ਦੀਆਂ ਘਟਨਾਵਾਂ ਨੇ ਹਾਲਕੀ ਪੰਜਾਬ ਦੇ ਵਿੱਚ ਵੀ ਰੇਪ ਦੀਆਂ ਘਟਨਾਵਾਂ ਲਗਾਤਾਰ ਆਏ ਦਿਨੀ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਆਖਿਰ ਕਦੋਂ ਤੱਕ ਮਹਿਲਾਵਾਂ ਦੀ ਸੁਰੱਖਿਆ ਦੇ ਨਾਲ ਸੌਦੇਬਾਜ਼ੀ ਕੀਤੀ ਜਾਵੇਗੀ ਹੁਣ 20 ਦਿਨਾਂ ਬਾਅਦ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਦਾ ਇਸ ਸੰਬੰਧੀ ਬਿਆਨ ਸਾਹਮਣੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਾਫੀ ਨਿਰਾਸ਼ ਨਾ ਕਾਫੀ ਡਰੇ ਹੋਈਆਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਹੁੰਦੇ ਕਿ ਨਾ ਹੋਵੇਗਾ ਕਿ ਦ੍ਰੋਪਦੀ ਮੁਰਮੂਰ ਦੇਸ਼ ਦੇ ਰਾਸ਼ਟਰਪਤੀ ਕੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਐਸ ਇਸ ਸੰਬੰਧੀ ਗੱਲਬਾਤ ਕਰੇਗੀ ਕੋਈ ਨਵਾਂ ਕਾਨੂੰਨ ਲੈ ਕੇ ਆਵੇਗੀ ਤਾਂ ਜੋ ਜਿਹੜੀਆਂ ਦੇਸ਼ ਦੀਆਂ ਧੀਆਂ ਪੈਣਾ ਨੇ ਉਹ ਸੁਰੱਖਿਅਤ ਰਹਿਣ ਦੇਖਣਾ ਹੋਵੇਗਾ ਕਿ ਹੁਣ ਕੋਲ ਸੀਬੀਆਈ ਇਸ ਮਾਮਲੇ ਇਸ ਕੇਸ ਦੇ ਵਿੱਚ ਹੋਰ ਕਿਹੜੀ ਇਨਵੈਸਟੀਗੇਸ਼ਨ ਕਰਕੇ ਕਿਹੜਾ ਹੋਰ ਸਬੂਤ ਸਾਹਮਣੇ ਲਿਆਵੇਗੀ ਹਾਲਾਂਕਿ ਜਿਹੜਾ આરોપી ਆ ਉਸਨੇ ਆਪਣਾ ਜਿਹੜਾ ਜ਼ੁਰਮ ਹੈ ਉਹ ਕਬੂਲ ਕਰ ਦਿੱਤਾ ਉਹਦਾ ਕਹਿਣਾ ਹੈ ਕਿ ਹਾਂ ਮੈਂ ਇਸ ਦਾ ਰੇਪ ਕਰਿਆ ਆ ਮੈਂ ਇਸ ਨੂੰ ਜਾਨ ਤੋਂ ਮਾਰ ਦਿੱਤਾ ਪਰ ਕਦੋਂ ਤੱਕ ਹੋਵੇਗਾ ਹਾਲਾਂਕਿ ਇਸ ਸੰਬੰਧ ਵਿੱਚ ਕੋਲਕਾਤਾ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਦਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉੱਥੇ ਹੀ ਭਾਜਪਾ ਦੇ ਵੱਲੋਂ ਵੀ ਉੱਥੇ ਤੋੜ-ਫੋੜ ਕੀਤੀ ਗਈ ਜਦੋਂ ਸਟੂਡੈਂਟਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉਸ ਤੋਂ ਬਾਅਦ ਭਾਜਪਾ ਇਸ ਮਾਮਲੇ ਦੇ ਵਿੱਚ ਕਾਫੀ ਸਰਗਰਮ ਹੁੰਦੀ ਹੋਈ ਨਜ਼ਰ ਆਈ ਕਾਫੀ ਤੋੜ-ਫੋੜ ਕੀਤੀ ਗਈ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ ਦੇਖਣਾ ਹੋਵੇਗਾ ਕਿ ਕਿ ਸਟੂਡੈਂਟਸ ਨੂੰ हिरासत ਤੋਂ ਬਾਹਰ ਕਰ ਦਿੱਤਾ ਜਾਵੇਗਾ ਕਿ ਉਸ ਦੇ ਕੁੜੀ ਦੇ ਪਰਿਵਾਰ ਨੂੰ ਮਹਿਲਾ ਟਵਿੰਨੀ ਡਾਕਟਰ ਦੇ ਪਰਿਵਾਰ ਨੂੰ ਕਿ ਇਨਸਾਫ ਮਿਲੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਤੇ ਆਪਣੀ ਨਿਰਾਸ਼ਾ ਜਨਕ ਜਿਹੜੀ ਟਿੱਪਣੀ ਆ ਕਰ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਸਮਾਜ ਨੂੰ ਜੋ ਨਿਰਬਿਆ ਕਾਂਡ ਹੋਇਆ ਜਾਂ ਫਿਰ ਹੋਰ ਵੀ ਜਿਹੜੀਆਂ ਕੁੜੀਆਂ ਦੇ ਨਾਲ ਜਿਹੜੇ ਰੇਪ ਸੰਬੰਧੀ ਕਾਂਡ ਹੋਏ ਨੇ ਉਸ ਨੂੰ ਨਹੀਂ ਭੁੱਲਣਾ ਚਾਹੀਦਾ ਬਲਕਿ ਉਸ ਨੂੰ ਯਾਦ ਕਰਕੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਆਉਣ ਵਾਲੀ ਜਿਹੜੀ ਸੜ ਦਿੱਤੀਆਂ ਪੈਣਾ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੜੇ ਪ੍ਰਬੰਧ ਕਰਨੇ ਚਾਹੀਦੇ ਨੇ ਆਪਣੀ ਮਾਨਸਿਕਤਾ ਨੂੰ ਬਦਲਣਾ ਚਾਹੀਦਾ ਫਿਲਹਾਲ ਇਸ ਸੰਬੰਧੀ ਜਾਣਕਾਰੀ ਬਾਸ ਨਹੀਂ ਹੀ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ